ਸ਼੍ਰੀਕਾਲ ਜੀ, ਮੇਰਾ ਨਾਮ ਇੰਦਰ, ਗੋਲਡੀ ਇੰਦਰ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਐਂਡ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇੰਨਾ ਸਪੋਰਟ ਕਰ ਰਹੇ ਹੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ। ਐਂਡ ਥੈਂਕ ਯੂ ਉਹਨਾਂ ਦਾ ਜੀ ਜਿਨ੍ਹਾਂ ਨੇ ਆਲਰੇਡੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ। ਜਿਨ੍ਹਾਂ ਨੇ ਨਹੀਂ ਕੀਤਾ, ਪਲੀਜ਼ ਇਸ ਵੀਡੀਓ ਤੇ ਨਵੇਂ ਨੇ ਤੇ ਇਸ ਵੀਡੀਓ ਨੂੰ ਦੇਖ ਰਹੇ ਨੇ, ਉਹ ਵੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਐਂਡ ਅੱਗੇ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ। ਐਂਡ ਕਮੈਂਟ ਕਰਕੇ ਵੀ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਐਂਡ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ। ਅੱਜ ਦੀ ਵੀਡੀਓ ਦੇ ਵਿੱਚ ਹੀ ਮੈਂ ਤੁਹਾਨੂੰ ਕੁਝ ਪਾਰਟੀ ਵੇਅਰ ਸੂਟ ਦਿਖਾਉਂਗੀ। ਬਾਕੀ ਜਿਹੜੇ ਅਸੀਂ ਡਿਜ਼ਾਈਨ ਦਿਖਾਉਂਦੇ ਹਾਂ ਨਾ, ਜਿਹੜੇ ਸਟੱਫ ਤੇ ਦਿਖਾਉਂਦੇ ਹਾਂ, ਤੁਸੀਂ ਉਹਨਾਂ ਨੂੰ ਚੇਂਜ ਵੀ ਕਰ ਸਕਦੇ ਹੋ। ਕਈ ਵਾਰੀ ਇਦਾਂ ਹੁੰਦਾ ਵੀ ਆਪਾਂ ਨੂੰ ਉਹ ਸਟੱਫ ਦੇ ਵਿੱਚ ਆਪਾਂ ਨਹੀਂ ਕੰਫਰਟੇਬਲ ਫੀਲ ਕਰਦੇ, ਤਾਂ ਤੁਸੀਂ ਆਪਣੀ ਮਰਜ਼ੀ ਨਾਲ ਸਟੱਫ ਜਿਹੜਾ ਮਰਜ਼ੀ ਕਰਵਾ ਸਕਦੇ ਹੋ, ਡਿਜ਼ਾਈਨਿੰਗ ਸਾਡੇ ਵਾਲੀ ਕਰਵਾ ਸਕਦੇ ਹੋ। ਬਾਕੀ ਜੇ ਤੁਸੀਂ ਕੋਈ ਆਪਣਾ ਡਿਜ਼ਾਈਨ ਭੇਜ ਕੇ, ਚਾਹੇ ਉਹ ਮਸ਼ੀਨ ਵਰਕ ਹੈ, ਚਾਹੇ ਉਹ ਮਸ਼ੀਨ ਆਰੀ ਵਰਕ ਹੈ, ਚਾਹੇ ਉਹ ਹੈਂਡ ਵਰਕ ਹੈ, ਕੋਈ ਵੀ ਕਰਵਾਉਣਾ ਚਾਹੋ ਤਾਂ ਤੁਸੀਂ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ। ਜਿਹੜਾ ਸਾਡਾ ਵਟਸਐਪ ਨੰਬਰ ਹੈ ਜੀ, ਆਲਵੇਸ ਸਕਰੀਨ ਦੇ ਉੱਤੇ ਪਿੰਨ ਹੁੰਦਾ ਹੈ, ਤੁਸੀਂ ਉੱਥੇ ਜਾ ਕੇ ਪਿੱਕ ਕਰਕੇ ਸਾਡੇ ਨਾਲ ਗੱਲ ਕਰ ਸਕਦੇ। ਹਾਂਜੀ, ਅੱਜ ਦੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਲਾਈਟ ਜੇ ਪਾਰਟੀ ਵੇਅਰ ਸੂਟ ਦਿਖਾਉਂਦੀ ਹਾਂ। ਇਹ ਵੀ ਨੈਚੁਰਲ ਕਰੇਵ ਦੇ ਉੱਪਰ ਹੈ ਜੀ, ਤੁਸੀਂ ਸੇਮ ਕਲਰ ਵੀ ਲੈ ਸਕਦੇ ਹੋ, ਬਟ ਅੱਜ ਕੱਲ੍ਹ ਇਹ ਕਲਰ ਬਹੁਤ ਜ਼ਿਆਦਾ ਜਿਵੇਂ ਪੇਸਟਲਸ ਕਲਰ ਹੁੰਦੇ ਆ ਨਾ, ਅੱਜ ਕੱਲ੍ਹ ਬਹੁਤ ਟ੍ਰੈਂਡ ਦੇ ਵਿੱਚ ਨੇ, ਜਿਹੜੇ ਕਿ ਬਹੁਤ ਜ਼ਿਆਦਾ ਪਿਆਰੇ ਵੀ ਲੱਗਦੇ ਨੇ। ਇਹਦਾ ਜਿਹੜਾ ਹੈ, ਕਸਟਮਰ ਨੇ ਆਪਣਾ ਨੈੱਕ ਨਹੀਂ ਬਣਵਾਇਆ ਹੋਇਆ, ਨੈੱਕ ਉਹਨਾਂ ਨੇ ਇੱਦਾਂ ਪਲੇਨ ਹੀ ਰੱਖਿਆ ਹੋਇਆ, ਇੱਥੋਂ ਕਟਿੰਗ ਆਊਗੀ ਨੈੱਕ ਦੀ। ਤਾਂ ਇਹਦੇ ਵਿੱਚ ਜਿਹੜਾ ਬਸ ਛੋਟੀਆਂ ਛੋਟੀਆਂ ਬੂਟੀਆਂ ਪਵਾਈਆਂ, ਇਹਦੇ ਵਿੱਚ ਜਿਹੜੀਆਂ ਬੂਟੀਆਂ ਦੇ ਵਿੱਚ ਅਸੀਂ ਯੂਜ਼ ਕੀਤਾ ਜੀ, ਇੱਕ ਤਾਂ ਦਬਕਾ ਯੂਜ਼ ਕੀਤਾ ਹੋਇਆ ਅਤੇ ਇੱਕ ਐਂਟੀਕ ਯੂਜ਼ ਕੀਤਾ ਹੋਇਆ। ਐਂਟੀਕ ਥੋੜ੍ਹਾ ਜਿਹਾ ਜ਼ਿਆਦਾ ਸ਼ਾਈਨਫੁੱਲ ਹੁੰਦਾ, ਜਿਹੜਾ ਕੱਟਦਾਣਾ ਹੁੰਦਾ ਨਾ, ਐਂਟੀਕ ਯੂਜ਼ ਕਰਦੇ ਹਾਂ, ਉਹ ਸੋਹਣਾ ਵੀ ਬਹੁਤ ਲੱਗਦਾ। ਥੋੜ੍ਹੀ ਜਿਹੀ ਉਹਦੀ ਪ੍ਰਾਈਜ਼ ਹੈ ਜਿਹੜੀ, ਉਹਦੀ ਅੱਪ ਹੁੰਦੀ ਹੈ, ਕਿਉਂਕਿ ਐਂਟੀਕ ਥੋੜ੍ਹਾ ਜਿਹਾ ਜ਼ਿਆਦਾ ਸ਼ਾਈਨਫੁੱਲ ਹੁੰਦਾ, ਬਹੁਤ ਪਿਆਰਾ ਲੱਗਦਾ ਛੋਟੀ ਛੋਟੀ ਬੂਟੀ ਦੇ ਨਾਲ। ਅਤੇ ਜਿਹੜਾ ਇਹਦਾ ਘੇਰਾ ਬਣਿਆ ਹੋਇਆ, ਦੇਖੋ ਘੇਰਾ ਅਸੀਂ ਪਰਲਸ ਦੇ ਨਾਲ ਬਣਾਇਆ ਹੋਇਆ, ਪੂਰੀ ਸ਼ਾਈਨ ਦੇ ਵਿੱਚ ਹੈ ਜੀ, ਬਹੁਤ ਸ਼ਾਈਨ ਕਰ ਰਿਹਾ, ਬਹੁਤ ਪਿਆਰਾ ਲੱਗਦਾ, ਕਿਉਂਕਿ ਇਹ ਸਾਰਾ ਅਸੀਂ ਐਂਟੀਕ ਯੂਜ਼ ਕੀਤਾ ਹੈ। ਜਿਹੜਾ ਇਸ 'ਚ ਜਿਹੜੀਆਂ ਸਿੱਪੀਆਂ ਲੱਗੀਆਂ ਜੀ, ਇਹ ਵੀ ਉਸ ਕਲਰ ਦੀਆਂ ਲੱਗੀਆਂ ਹੋਈਆਂ, ਪਰਲਸ ਵੀ ਆਪਾਂ ਐਂਟੀਕ ਕਲਰ ਦੇ ਯੂਜ਼ ਕੀਤੇ ਹੋਏ ਆ, ਅਤੇ ਆਹ ਜਿਹੜਾ ਵਿੱਚ ਕੱਟਦਾਣਾ ਯੂਜ਼ ਹੋਇਆ ਵੀ ਐਂਟੀਕ ਆ। ਅਤੇ ਜਿਹੜੀਆਂ ਇਹਦੇ ਵਿੱਚ ਸਿੱਪੀਆਂ ਨੇ, ਆਹ ਦੇਖੋ ਕਲਰਫੁੱਲ ਜੀਆਂ ਆਪਾਂ ਨੂੰ ਲੱਗ ਰਹੀਆਂ ਨੇ, ਮੀਨਸ ਇਹ ਆਫ ਵਾਈਟ ਜਿਹੇ ਕਲਰ ਦੀਆਂ, ਬਟ ਬਹੁਤ ਸ਼ਾਈਨ ਕਰਦੀਆਂ ਨੇ, ਜਿਹੜੇ ਚਾਰੇ ਪਾਸੇ ਜਦੋਂ ਆਪਾਂ ਕਿੱਧਰੋਂ ਵੀ ਦੇਖਦੇ ਹਾਂ ਤਾਂ ਇਹ ਸਾਰੇ ਕਲਰ ਜੇ ਆਪਣੀਆਂ ਹੈ ਨਾ ਸ਼ੋਅ ਕਰਦੀਆਂ ਹੁੰਦੀਆਂ। ਅਤੇ ਪਰਲਸ ਦੇ ਨਾਲ ਇਹਦਾ ਘੇਰਾ ਬਹੁਤ ਸੋਹਣਾ ਡਿਜ਼ਾਈਨ ਹੋਇਆ ਹੋਇਆ ਆ, ਅਤੇ ਤੁਸੀਂ ਇਹਨੂੰ ਸੇਮ ਡਿਜ਼ਾਈਨ ਕਰਵਾਉਣਾ ਚਾਹੋ ਤਾਂ ਸੇਮ ਵੀ ਕਰਵਾ ਸਕਦੇ ਹੋ, ਅਗਰ ਤੁਸੀਂ ਇਹ ਸੇਮ ਬਣਵਾਉਣਾ ਚਾਹੋ, ਸੇਮ ਕਲਰ ਦੇ ਉੱਤੇ ਬਣਵਾਉਣਾ ਚਾਹੋ ਬਣਵਾ ਸਕਦੇ ਹੋ। ਇਹਦੇ ਨਾਲ ਵੀ ਜਿਹੜਾ ਦੁਪੱਟਾ ਜੀ ਅਸੀਂ ਨਹੀਂ ਰੈਡੀ ਕੀਤਾ, ਕਿਉਂਕਿ ਕਸਟਮਰ ਨੇ ਸਿਰਫ ਆਪਣਾ ਸੂਟ ਰੈਡੀ ਕਰਵਾਇਆ ਜੀ, ਅਸੀਂ ਸਟਿਚਿੰਗ ਵੀ ਨਹੀਂ ਦੇਣੀ, ਤੁਸੀਂ ਸਾਡੇ ਤੋਂ ਸਟਿਚ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਬਣਵਾਉਣਾ ਚਾਹੋ ਤਾਂ। ਬਾਕੀ ਜੇ ਇਹਦਾ ਦੁਪੱਟਾ ਤੁਸੀਂ ਰੈਡੀ ਕਰਵਾਉਣਾ ਚਾਹੋ ਤਾਂ ਸੇਮ ਕਲਰ ਵੀ ਹੋ ਸਕਦਾ ਜੀ, ਇਹਦੇ ਨਾਲ ਵੀ ਪਰਲ ਵਾਈਟ ਸੋਹਣਾ ਲੱਗੂਗਾ। ਬਾਕੀ ਇਹਦੇ ਨਾਲ ਮਹਿੰਦੀ ਕਲਰ ਵੀ ਬਹੁਤ ਪਿਆਰਾ ਲੱਗੂਗਾ, ਮਹਿੰਦੀ, ਬਟ ਇਹਦੇ ਵਿੱਚ ਕਿਤੇ ਟੱਚ ਹੈ ਨਹੀਂ, ਇਸ ਕਰਕੇ ਜੀ ਮਹਿੰਦੀ ਕਲਰ ਆਪਾਂ ਨਹੀਂ ਇਹਦੇ ਨਾਲ ਦੁਪੱਟਾ ਦੇ ਸਕਦੇ। ਬਾਕੀ ਜੇ ਤੁਸੀਂ ਕਰਵਾਉਣਾ ਚਾਹੋ ਇਸ ਜਗ੍ਹਾ 'ਤੇ, ਜਿਵੇਂ ਆਹ ਅਸੀਂ ਇੱਥੇ ਪਰਲਸ ਯੂਜ਼ ਕੀਤੇ ਆ, ਇਹਦੇ ਵਿੱਚ ਕਿਤੇ ਕਿਤੇ ਆ ਜਿਵੇਂ ਪਰਲਸ ਨੇ, ਇਹਦੇ ਵਿੱਚ ਤੁਸੀਂ ਮਹਿੰਦੀ ਕਲਰ ਦਾ ਟੱਚ ਲੈ ਸਕਦੇ ਹੋ, ਸਿੱਪੀਆਂ ਦੀ ਜਗ੍ਹਾ 'ਤੇ ਮਹਿੰਦੀ ਦਾ ਥਰੈਡ ਯੂਜ਼ ਕਰ ਸਕਦੇ ਆਪਾਂ, ਮਹਿੰਦੀ ਕਲਰ ਦਾ ਥਰੈਡ ਯੂਜ਼ ਕਰਕੇ ਫਿਰ ਆਪਾਂ ਇਹਨੂੰ ਮਹਿੰਦੀ ਦੇ ਨਾਲ ਟੱਚ ਕਰ ਸਕਦੇ ਹਾਂ, ਮੀਨਸ ਇਹਦੇ ਵਿੱਚ ਜਿਹੜੀ ਪਾਈਪਿੰਗ ਹੈ ਜਾਂ ਫਿਨਿਸ਼ਿੰਗ ਪੱਟੀ ਜੋ ਵੀ ਆਪਾਂ ਲਗਾਵਾਂਗੇ ਉਸੇ ਕਲਰ ਦੀ ਯੂਜ਼ ਕਰਕੇ ਤਾਂ ਦੁਪੱਟਾ ਬਹੁਤ ਪਿਆਰਾ ਬਣ ਸਕਦਾ। ਇਹਦਾ ਘੇਰਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਆ, ਅਤੇ ਇਹਦਾ ਸਿਰਫ ਘੇਰਾ ਬਣਿਆ ਹੋਇਆ, ਅਤੇ ਇਹਦਾ ਸ਼ਰਟ 'ਤੇ ਬਣਿਆ ਹੋਇਆ, ਅਤੇ ਇਹਦੀਆਂ ਬਾਜੂ ਬਣੀਆਂ ਹੋਈਆਂ ਨੇ, ਬਾਜੂ ਦੇ ਉੱਤੇ ਉਹੀ ਵਰਕ ਹੋਇਆ ਹੋਇਆ ਜਿਹੜਾ ਘੇਰੇ ਦੇ ਆਪਾਂ ਨੀਚੇ ਬਣਾਇਆ ਹੋਇਆ, ਦੇਖੋ ਬਹੁਤ ਪਿਆਰਾ ਲੱਗਦਾ। ਜੇ ਤੁਸੀਂ ਇਹਦੀ ਬੋਟਮ 'ਤੇ ਕਰਵਾਉਣਾ ਚਾਹੋ, ਬੋਟਮ 'ਤੇ ਵੀ ਤੁਸੀਂ ਜੇ ਇਹ ਕਰਵਾਓਗੇ ਜਿਵੇਂ ਪਲਾਜ਼ੋ ਬਣਵਾਉਣਾ ਚਾਹੁੰਦੇ ਹੋ, ਉਹਦੇ 'ਤੇ ਵੀ ਬਹੁਤ ਪਿਆਰਾ ਲੱਗੂਗਾ। ਬਟ ਜੇ ਤੁਸੀਂ ਸ਼ਰਾਰਾ ਜਾਂ ਮੀਨਸ ਲੂਜ਼ ਸ਼ਰਾਰਾ ਗਰਾਰਾ ਜਿਹੜਾ ਵੀ ਆਪਾਂ ਬਣਾਉਣਾ ਚਾਹੁੰਦੇ ਹੋ ਉਹਦੇ 'ਤੇ ਕਰਵਾਓਗੇ ਤਾਂ ਥੋੜ੍ਹਾ ਜਿਹਾ ਹੈਵੀ ਹੋ ਜਾਊਗਾ, ਤਾਂ ਮੈਂ ਤੁਹਾਨੂੰ ਰਿਕਮੈਂਡ ਕਰੂੰਗੀ ਜਾਂ ਤਾਂ ਬੋਟਮ ਇਹਦੀ ਸਲਵਾਰ ਬਣਾਓ ਜਾਂ ਪੈਂਟ ਪਲਾਜ਼ੋ, ਉਹਦੇ 'ਤੇ ਬਹੁਤ ਪਿਆਰਾ ਲੱਗੂ ਇਹ।
ਕਿਉਂਕਿ ਪਰਸ ਦੇ ਨਾਲ ਜੀ ਬਹੁਤ ਜ਼ਿਆਦਾ ਹੈਵੀ ਹੋ ਜਾਂਦਾ ਅਤੇ ਫਿਰ ਆਪਾਂ ਨੂੰ ਹੈਵੀ ਲੁੱਕ ਬਹੁਤ ਦਊਗਾ ਅਤੇ ਬਾਕੀ ਉਹਦੀ ਜਿਹੜੀ ਰੇਂਜ ਆ ਬਹੁਤ ਜ਼ਿਆਦਾ ਅੱਪ ਜਾਊਗੀ ਕਿਉਂਕਿ ਆਪਾਂ ਨੂੰ ਵੀ ਪਤਾ ਹੀ ਸ਼ਰਾਰਾ ਗਰਾਰਾ ਆਪਾਂ ਘੱਟੋ ਘੱਟ 2.5 ਮੀਟਰ ਦੀ ਇੱਕ ਸਾਈਡ ਲੈਂਦੇ ਹਾਂ, 2.5 ਦੀ 1, 2.5 ਦੀ 1, ਕਈ 2 ਮੀਟਰ 'ਚ ਵੀ ਬਣਾ ਲੈਂਦੇ ਆ, ਕਈ 2.5 ਮੀਟਰ 'ਚ ਵੀ ਬਣਾ ਲੈਂਦੇ ਆ, ਕਈ 1.5 ਮੀਟਰ 'ਚ ਵੀ ਬਣਾ ਲੈਂਦੇ ਆ, ਉਹ ਆਪਣੇ ਉਹਦੇ 'ਤੇ ਘੇਰ 'ਤੇ ਆ ਵੀ ਤੁਹਾਨੂੰ ਕਿੰਨਾ ਪਸੰਦ ਆ ਘੇਰ ਉਹਦਾ, ਕਿੰਨੀ ਉਹਦੀ ਲਾਈ ਤੁਸੀਂ ਫਲੇਰੀ ਲੈਣਾ ਆ, ਤਾਂ ਉਸ ਹਿਸਾਬ ਨਾਲ ਇਹਦੀ ਜਿਹੜੀ ਪ੍ਰਾਈਜ਼ ਆ ਉਸ ਹਿਸਾਬ ਨਾਲ ਸੈੱਟ ਹੋ ਜਾਂਦੀ ਹੈ। ਅਤੇ ਬਾਕੀ ਤੁਸੀਂ ਇਹਦਾ ਸਕਰੀਨਸ਼ੋਟ ਕਰਕੇ ਅਗਰ ਸੇਮ ਸੂਟ ਬਣਵਾਉਣਾ ਚਾਹੋ ਤਾਂ ਸੇਮ ਬਣਵਾ ਵੀ ਸਕਦੇ ਹੋ, ਕਲਰ ਚੇਂਜ ਕਰਵਾਉਣਾ ਚਾਹੋ ਕਲਰ ਵੀ ਚੇਂਜ ਕਰਵਾ ਸਕਦੇ ਹੋ। ਇਹ ਰਸਟ ਜਿਹਾ ਕਲਰ ਹੈ, ਬਹੁਤ ਪਿਆਰਾ ਕਲਰ ਬਣਿਆ ਹੋਇਆ ਆ, ਤੁਸੀਂ ਇਹ ਵੀ ਕਰਵਾ ਸਕਦੇ ਹੋ। ਬਾਕੀ ਜਿਵੇਂ ਮੈਂ ਤੁਹਾਨੂੰ ਮਹਿੰਦੀ ਦਾ ਟੱਚ ਕਿਹਾ, ਜੇ ਤੁਸੀਂ ਇਸੇ ਕਲਰ ਨੂੰ ਇਹ ਕਲਰ ਸੇਮ ਲੈ ਕੇ ਇਹਨੂੰ ਟਾਈ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਉਹਦੇ ਉੱਤੇ ਵਰਕ ਕਰਵਾਉਣਾ ਚਾਹੁੰਦੇ ਹੋ, ਉਹ ਵੀ ਬਹੁਤ ਪਿਆਰਾ ਲੱਗੂਗਾ। ਜੇ ਇਸ ਚੀਜ਼ ਨੂੰ ਆਪਾਂ ਟਾਈ ਡਾਈ ਕਰ ਦਈਏ, ਜਿਵੇਂ ਹਾਫ ਇਹ ਕਲਰ ਰੱਖੀਏ ਅਤੇ ਹਾਫ ਆਪਾਂ ਮਹਿੰਦੀ ਰੱਖੀਏ, ਤਾਂ ਬਹੁਤ ਪਿਆਰਾ ਲੱਗੂਗਾ। ਸ਼ਾਇਦ ਮੇਰਾ ਪਹਿਲਾਂ ਇੱਕ ਜਦੋਂ ਮੈਂ ਪਹਿਲਾਂ ਵੀਡੀਓਜ਼ ਅਪਲੋਡ ਕਰਦੀ ਹੁੰਦੀ ਸੀ, ਤੁਸੀਂ ਜਿਹੜੇ ਮੈਨੂੰ ਪੁਰਾਣੇ ਜਾਣਦੇ ਨੇ ਉਹਨਾਂ ਨੇ ਮੇਰਾ ਉਹ ਸੂਟ ਦੇਖਿਆ ਹੋਣਾ, ਬਲੈਕ ਕਲਰ ਦਾ ਬਣਿਆ ਹੋਇਆ ਸੀ। ਉਹਦੇ ਵਿੱਚ ਇੱਕ ਅਸੀਂ ਬਲੈਕ ਕਲਰ ਪਾਇਆ ਸੀ, ਇੱਕ ਹੌਟ ਪਿੰਕ ਸੀ, ਇੱਕ ਆਈ ਥਿੰਕ ਆਫ ਵਾਈਟ ਸੀ, 3 ਕਲਰ ਦੇ ਨਾਲ ਉਹ ਬਣਿਆ ਹੋਇਆ ਸੀ, ਉਹ ਵੀ ਬਹੁਤ ਪਿਆਰਾ ਲੱਗਦਾ ਸੀ। ਤਾਂ ਤੁਸੀਂ ਉਵੇਂ ਵੀ ਬਣਾ ਸਕਦੇ ਹੋ, ਬੰਦੇਜ਼ ਵੀ ਪਵਾ ਸਕਦੇ ਹੋ, ਜਿਵੇਂ ਵੀ ਕਰਵਾ ਕੇ ਤੁਸੀਂ ਇਹ ਵਰਕ ਹੈ ਜਿਹੜਾ ਸਾਡੇ ਤੋਂ ਕਰਵਾ ਸਕਦੇ ਹੋ। ਅਤੇ ਇਹਦਾ ਸਕਰੀਨਸ਼ੋਟ ਕਰਕੇ ਤੁਸੀਂ ਪ੍ਰਾਈਜ਼ ਵੀ ਜਾਣ ਸਕਦੇ ਹੋ, ਅਗਰ ਸੇਮ ਰੈਡੀ ਕਰਵਾਉਣਾ ਚਾਹੋ ਤਾਂ ਤੁਸੀਂ ਸਾਨੂੰ ਇਹਦੀਆਂ ਫੋਟੋ ਸ਼ੇਅਰ ਕਰ ਸਕਦੇ ਹੋ। ਹਾਂਜੀ, ਇਸ ਵੀਡੀਓ ਦਾ ਜਿਹੜਾ ਸੈਕਿੰਡ ਸੂਟ ਹੈ ਜੀ, ਇਹ ਸਾਨੂੰ ਕਸਟਮਰ ਨੇ ਆਪਣੀ ਸ਼ਰਟ ਭੇਜੀ ਸੀ, ਮੀਨਸ ਇਹਦੇ ਨਾਲ ਅਸੀਂ ਬਲੈਕ ਜਿਹੜੀ ਹੈ ਮੈਚ ਕੀਤੀ ਹੋਈ ਆ। ਦਿਖਾਉਣ ਦਾ ਮਕਸਦ ਇਹ ਹੈ ਜੀ, ਕਿਉਂਕਿ ਇਹ ਆਪਣੇ ਕੋਲ ਅਵੇਲੇਬਲ ਨਹੀਂ ਹੈਗਾ, ਵਿੰਟਰਸ ਦੇ ਵਿੱਚ ਆਉਂਦਾ, ਜਿਵੇਂ ਆਪਾਂ ਬਰਾਸੋ ਵੈਲਵਟ ਕਹਿੰਦੇ ਹਾਂ ਉਵੇਂ ਦੀ ਕੁਛ ਇਹ ਚੀਜ਼ ਬਣੀ ਹੋਈ ਆ। ਇਹ ਵਾਲਾ ਜਿਹੜਾ ਅਸੀਂ ਬੋਟਮ ਇਹਦੇ ਨਾਲ ਰੈਡੀ ਕੀਤੀ, ਇਹਦੇ ਵਿੱਚ ਵੀ ਅਸੀਂ ਐਂਟੀਕ ਯੂਜ਼ ਕੀਤਾ ਹੋਇਆ। ਮੈਂ ਕੋਲੇ ਕਰਕੇ ਵੀਡੀਓ ਦਿਖਾਉਂਦੀ ਹਾਂ, ਦੇਖੋ ਇੱਦਾਂ ਸ਼ਾਈਨ ਕਰਦੀ ਹੁੰਦੀ ਹੈ, ਬਹੁਤ ਜ਼ਿਆਦਾ ਬਹੁਤ ਪਿਆਰੀ ਲੱਗਦੀ ਹੁੰਦੀ ਆ। ਤੁਸੀਂ ਇਹ ਪਲੇਨ ਸੂਟ ਲੈ ਕੇ ਨਾ, ਜਿਵੇਂ ਬਲੈਕ ਦੇ ਉੱਤੇ ਜਾਂ ਰੈੱਡ ਦੇ ਉੱਤੇ ਜਿਹੜਾ ਵੀ ਡਾਰਕ ਕਲਰ ਤੁਸੀਂ ਪਾਉਣਾ ਚਾਹੁੰਦੇ ਹੋ, ਵਾਈਟ ਪਾਉਣਾ ਚਾਹੁੰਦੇ ਹੋ, ਬਲੈਕ, ਜੋ ਵੀ ਤੁਸੀਂ ਪਸੰਦ ਕਰਦੇ ਹੋ, ਤੁਸੀਂ ਉਹਦੇ ਇਹਦੇ ਘੇਰੇ 'ਤੇ, ਨੈੱਕ 'ਤੇ, ਅਤੇ ਅਗਰ ਸ਼ਰਟ 'ਤੇ ਕਰਵਾਉਣਾ ਚਾਹੁੰਦੇ ਹੋ ਤਾਂ ਜਿਵੇਂ ਆਹ ਛੋਟੀ ਬੂਟੀ ਪਵਾ ਸਕਦੇ ਹੋ, ਆਹ ਵੀ ਪਵਾ ਸਕਦੇ ਹੋ ਜੀ, ਜਿਹੜੀ ਆਹ ਵਾਲੀ ਛੋਟੀ ਬੂਟੀ ਪਈ ਹੋਈ ਹੈ ਇਹ ਵੀ ਪਵਾ ਸਕਦੇ ਹੋ, ਨੈੱਕ 'ਤੇ, ਘੇਰੇ 'ਤੇ, ਚੌਕਾਂ 'ਤੇ ਤੁਸੀਂ ਇਹਨੂੰ ਬਣਵਾ ਸਕਦੇ ਹੋ। ਹੋਰ ਵੀ ਹੈਵੀ ਕਰਨਾ, ਇਹਦੀ ਬੋਟਮ 'ਤੇ ਤੁਸੀਂ ਬਣਵਾ ਸਕਦੇ ਹੋ, ਫਰੰਟ ਬੈਕ ਕਰਵਾ ਕੇ ਦੁਪੱਟੇ 'ਤੇ ਵੀ ਤੁਸੀਂ ਇਹ ਸਾਰੀ ਜਿਹੜੀ ਵੇਲ ਆ ਪਵਾ ਸਕਦੇ ਹੋ। ਬਹੁਤ ਸੋਹਣੀ ਵੇਲ ਬਣੀ ਹੋਈ ਹੈ, ਸਿੰਪਲ ਅਤੇ ਸੋਬਰ ਵੀ ਆ, ਬਟ ਇੱਦਾਂ ਤੁਹਾਨੂੰ ਇੱਕ ਹੈਵੀ ਲੁੱਕ ਦਊਗੀ ਜੇ ਤੁਸੀਂ ਵਿਆਹ ਸ਼ਾਦੀ 'ਚ ਪਾਉਣਾ ਚਾਹੁੰਦੇ ਹੋ ਤਾਂ। ਜਿਵੇਂ ਫਰੰਟ ਬੈਕ ਹੋ ਗਿਆ ਜੀ, ਉਹਦੇ 'ਤੇ ਵੀ ਬਹੁਤ ਪਿਆਰੀ ਲੱਗੂ, ਤੁਸੀਂ ਚੌਕ ਨਹੀਂ ਪਸੰਦ ਕਰਦੇ ਤੁਸੀਂ ਚੌਕ ਛੱਡ ਸਕਦੇ ਹੋ। ਜੇ ਤੁਸੀਂ ਚੌਕਾਂ 'ਤੇ ਵੀ ਬਣਾਉਣਾ ਤਾਂ ਫਰੰਟ ਬੈਕ ਕਰਵਾ ਕੇ ਸਾਰੀ ਸ਼ਰਟ 'ਤੇ ਬੂਟੀ ਪਵਾ ਕੇ, ਤਾਂ ਗਲੇ 'ਤੇ ਤੁਸੀਂ ਇੱਦਾਂ ਦੀ ਆਹ ਵਾਲੀ ਜਿਹੜੀ ਕੱਟ ਅਸੀਂ ਪਾਇਆ ਇਹ ਕਰਵਾ ਸਕਦੇ ਹੋ, ਦੁਪੱਟੇ 'ਤੇ ਵੀ ਇੱਦਾਂ ਦਾ ਜਿਹੜਾ ਕੱਟ ਆ ਤੁਸੀਂ ਇਹ ਕਰਵਾ ਸਕਦੇ ਹੋ। ਇਹਦੇ ਨਾਲ ਜਿਹੜਾ ਦੁਪੱਟਾ ਹੈ ਤੁਸੀਂ ਔਰਗੈਂਜ਼ਾ ਵੀ ਲੈ ਸਕਦੇ ਹੋ, ਪਿਓਰ ਚਨੋਨ ਵੀ ਲੈ ਸਕਦੇ ਹੋ, ਜਿਹੜਾ ਤੁਹਾਨੂੰ ਪਸੰਦ ਹੈ ਜੀ ਤੁਸੀਂ ਉਹ ਦੁਪੱਟਾ ਕਰ ਸਕਦੇ ਹੋ। ਇਹਦੀ ਅਸੀਂ ਓਨਲੀ ਬੋਟਮ ਤਿਆਰ ਕੀਤੀ ਹੈ, ਬੋਟਮ ਦੇ ਉੱਤੇ ਵੀ ਇੱਦਾਂ ਛੋਟੀ ਬੂਟੀ ਪੈ ਸਕਦੀ ਹੈ, ਤੁਸੀਂ ਪੈਂਟ ਪਲਾਜ਼ੋ ਵਗੈਰਾ ਬਣਵਾ ਸਕਦੇ ਹੋ। ਅਤੇ ਜਿਹੜੀ ਇਹ ਵਾਲੀ ਚੀਜ਼ ਹੈ ਜੀ ਜਿਹੜੀ ਸਾਨੂੰ ਕਸਟਮਰ ਨੇ ਭੇਜੀ ਹੈ, ਇਹ ਹੁਣ 1.5 ਮਹੀਨੇ ਤੱਕ ਜਿਵੇਂ ਵਿੰਟਰਸ ਦਾ ਸਟੱਫ ਚੱਲੂਗਾ ਤਾਂ ਉਹਦੇ ਵਿੱਚ ਸਾਡੇ ਕੋਲ ਅਵੇਲੇਬਲ ਹੁੰਦਾ ਬਰਾਸੋ ਵੈਲਵਟ ਕਹਿੰਦੇ ਇਹਨੂੰ, ਬਹੁਤ ਪਿਆਰੀ ਲੱਗਦੀ ਹੁੰਦੀ ਜੀ। ਇਹਦੇ ਨਾਲ ਜਿਵੇਂ ਸ਼ਰਟ ਇਹ ਬਣਵਾ ਲਈ ਪਲੇਨ, ਇਹਨਾਂ ਨੇ ਬੋਟਮ ਕਰ ਲਈ, ਇੱਦਾਂ ਵੀ ਬਹੁਤ ਪਿਆਰਾ ਲੱਗਦਾ, ਇੱਕ ਪਾਰਟੀ ਵੀਅਰ ਜੀ ਬਣ ਜਾਂਦੀ ਹੈ, ਜਿਵੇਂ ਆਪਾਂ ਸੈਮੀ ਫਾਰਮਲ ਕਹਿ ਦਿੰਦੇ ਹਾਂ ਉਵੇਂ ਆਪਾਂ ਪਾ ਸਕਦੇ ਹਾਂ ਜੀ ਇਹਨਾਂ ਨੂੰ, ਪਾਰਟੀ ਦੇ ਵਿੱਚ ਵੀ ਪਾ ਸਕਦੇ ਹਾਂ, ਬਟ ਇਹ ਹੁੰਦਾ ਵੀ ਇਹਦੇ ਉੱਤੇ ਜੇ ਤੁਸੀਂ ਵਰਕ ਕਰਵਾਉਣਾ ਚਾਹੋ ਨੈੱਕ ਵਗੈਰਾ 'ਤੇ ਵੀ ਹੋ ਸਕਦਾ, ਚੌਕ ਘੇਰੇ 'ਤੇ ਵੀ ਹੋ ਸਕਦਾ, ਡਿਜ਼ਾਇਨ ਹੈ ਜੀ ਜਿਵੇਂ ਮਰਜ਼ੀ ਕਰਵਾ ਲਓ, ਜਿਵੇਂ ਦੇ ਵਿੱਚ ਤੁਸੀਂ ਕੰਫਰਟੇਬਲ ਉਵੇਂ ਬਣਵਾ ਸਕਦੇ ਹੋ। ਜੇ ਤੁਸੀਂ ਜਿਵੇਂ ਮੈਂ ਤੁਹਾਨੂੰ ਸਮਝਾਇਆ ਤੁਸੀਂ ਉਹ ਵਾਲੀ ਚੀਜ਼ ਬਣਵਾਉਣਾ ਚਾਹੁੰਦੇ ਹੋ, ਜਿਵੇਂ ਪਲੇਨ ਸੂਟ ਦੇ ਉੱਤੇ ਲੈ ਕੇ ਤੁਸੀਂ ਉਹ ਵਾਲਾ ਕੁਛ ਕਰਨਾ ਚਾਹੁੰਦੇ ਹੋ, ਅੱਜ ਕੱਲ੍ਹ ਔਰਗੈਂਜ਼ਾ ਵੀ ਬਹੁਤ ਚੱਲ ਰਿਹਾ ਜੀ, ਔਰਗੈਂਜ਼ਾ ਜਿਵੇਂ ਪ੍ਰਿੰਟਡ ਦੇ ਵਿੱਚ ਆ ਰਿਹਾ ਉਹਦੇ 'ਤੇ ਵੀ ਤੁਸੀਂ ਇਹ ਚੀਜ਼ ਕਰ ਸਕਦੇ ਹੋ, ਜੋਰਜੈਟ ਦੇ ਉੱਤੇ ਵੀ ਕਰ ਸਕਦੇ ਹੋ, ਇਹ ਕਰੇਵ ਆ, ਕਰੇਵ ਦੇ ਉੱਤੇ ਵੀ ਬਣਵਾ ਸਕਦੇ ਹੋ। ਬਾਕੀ ਤੁਸੀਂ ਸਕਰੀਨਸ਼ੋਟ ਕਰਕੇ ਜਿੱਦਾਂ ਦਾ ਵੀ ਕੁਛ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ, ਜਿਹੜਾ ਸਾਡਾ ਨੰਬਰ ਹੈ ਜੀ ਆਲਵੇਜ਼ ਸਕਰੀਨ ਦੇ ਉੱਤੇ ਪਿੰਨ ਹੁੰਦਾ, ਤੁਸੀਂ ਉੱਥੋਂ ਜਾ ਕੇ ਪਿੱਕ ਕਰ ਸਕਦੇ ਹੋ ਅਤੇ ਸਾਡੇ ਨਾਲ ਗੱਲ ਕਰ ਸਕਦੇ ਹੋ।
ਹਾਂਜੀ ਇਹ ਸੀਗੇ ਕੁਛ ਪਾਰਟੀ ਵੀਅਰ ਸੂਟ ਜੀ ਜਿਹੜੇ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਸ਼ੋ ਕੀਤੇ ਨੇ। ਬਾਕੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਤੁਸੀਂ ਆਪਣਾ ਵੀ ਡਿਜ਼ਾਈਨ ਭੇਜ ਕੇ ਸਾਡੇ ਤੋਂ ਡਿਜ਼ਾਈਨ ਕਰਵਾ ਸਕਦੇ ਹੋ, ਜਿਵੇਂ ਦਾ ਮਰਜ਼ੀ ਡਿਜ਼ਾਈਨ ਭੇਜੋ ਜੀ, ਮਸ਼ੀਨ ਵਰਕ, ਮਸ਼ੀਨ ਆਰੀ ਵਰਕ ਜਾਂ ਹੈਂਡ ਵਰਕ। ਤੁਸੀਂ ਪੇਂਟ ਵੀ ਕਰਵਾ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਕਾਫ਼ੀ ਟ੍ਰੈਂਡ ਚੱਲ ਰਿਹਾ ਪੇਂਟ ਸੂਟ ਦੇ ਨਾਲ ਆਪਾਂ ਹੈਂਡ ਵਰਕ ਕੁਛ ਕਰਵਾ ਲੈਂਦੇ ਹਾਂ। ਤੁਸੀਂ ਉਵੇਂ ਦਾ ਵੀ ਕੁਛ ਕਰਵਾਉਣਾ ਚਾਹੋ ਤਾਂ ਤੁਸੀਂ ਸਾਨੂੰ ਉਹਦੀ ਫੋਟੋ ਭੇਜ ਸਕਦੇ ਹੋ ਅਤੇ ਅਸੀਂ ਤੁਹਾਨੂੰ ਸੇਮ ਬਣਾ ਕੇ ਦੇ ਸਕਦੇ ਹਾਂ। ਅਤੇ ਮੈਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦੀ ਸਾਡੀ ਡਿਜ਼ਾਇਨਿੰਗ ਵਧੀਆ ਲੱਗੀ ਹੋਊਗੀ। ਵਧੀਆ ਲੱਗੀ ਤਾਂ ਪਲੀਜ਼ ਅੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਐਂਡ ਕਮੈਂਟ ਕਰਕੇ ਵੀ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਇਨਿੰਗਸ ਐਂਡ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ। ਸਤਿ ਸ਼੍ਰੀ ਅਕਾਲ।